ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਵਿਖੇ ਪਹਿਲੀ ਵਰਸੀ ਹੈ ਜਿਹੜੀ ਉਹ ਮਨਾਈ ਗਈ ਹੈ ਅਤੇ ਇੱਥੇ ਰਣਜੀਤ ਸਿੰਘ ਚੌਟਾਲਾ ਸਾਡੇ ਨਾਲ ਮੌਜੂਦ ਨੇ। ਚੌਟਾਲਾ ਸਾਹਿਬ, ਕਿਸ ਤਰ੍ਹਾਂ ਨਾਲ ਦੇਖਦੇ ਹੋ ਬਾਦਲ ਸਾਹਿਬ ਤੋਂ ਕੀ ਕੀ ਸਿੱਖਿਆ ਲੈਣ ਦੀ ਜ਼ਰੂਰਤ ਰਹੀ ਹੈ ਅਤੇ ਖਾਸ ਕਰ ਤੁਹਾਡਾ ਤਾਂ ਪਰਿਵਾਰ ਦੀ ਸਾਂਝ ਰਹੀ ਹੈ, ਕਿਸ ਤਰ੍ਹਾਂ ਨਾਲ ਦੇਖਦੇ ਹੋ? ਬਹੁਤ ਪੋਲੀਟੀਕਲੀ ਸੁਲਝੇ ਹੋਏ ਆਦਮੀ ਇੱਥੇ ਪੰਜਾਬ ਮੇਂ ਕੋਈ ਵੀ ਆਦਮੀ ਐਸੇ ਪੰਜਾਬ ਮੇਂ 25 ਸਾਲ ਮੁੱਖ ਮੰਤਰੀ ਰਹਿ ਜਾਣਾ ਇੱਕ ਬਹੁਤ ਬੜੀ ਬਾਤ ਥੀ, ਇਸਸੇ ਬੜਾ ਕੋਈ ਕੰਪਲੀਮੈਂਟ ਨਹੀਂ ਹੋ ਸਕਦਾ। ਇਸ ਪੰਜਾਬ ਮੇਂ ਲੋਕੋਂ ਕੋ ਸਾਥ ਰੱਖਣਾ ਆਸਾਨ ਕੰਮ ਨਹੀਂ ਹੈ, ਕੋਈ ਵੀ 5 ਸਾਲ ਸਾਥ ਨਹੀਂ ਰੱਖ ਸਕਾ। ਔਰ ਮੇਰੇ ਖਿਆਲ ਮੈਂ ਪੰਜਾਬ ਕੀ ਧਰਤੀ ਪੇ ਕਭੀ ਐਸਾ ਸ਼ਖਸ ਨਹੀਂ ਹੈਗਾ ਜੋ 25 ਸਾਲ ਬਰਾਬਰ ਲੋਕੋਂ ਕਾ ਵਿਸ਼ਵਾਸ ਲੈ ਕੇ ਚੀਫ ਮਿਨਿਸਟਰ ਰਹਾ ਹੋ। ਹਮਾਰੇ ਤੋਂ ਪਰਿਵਾਰਿਕ ਰਿਸ਼ਤੇ ਥੇ, ਹਰ ਤਰੀਕੇ ਸੇ ਉਨ੍ਹੋਂਨੇ ਕਿਸਾਨ ਕੀ, ਗਰੀਬ ਕੀ, ਔਰ ਸਭਸੇ ਬੜਾ ਇਹ ਥਾ ਕਿ ਨੈਸ਼ਨਲਿਸਟ ਥੇ, ਉਨ੍ਹੋਂਨੇ ਹਿੰਦੂ ਕੋ ਆਪਣੇ ਸਾਥ ਰੱਖਾ। ਜੋ ਉਨਕੇ ਵਕਤ ਪੰਜਾਬ ਮੇਂ ਹਿੰਦੂ ਸਿਕਿਓਰ ਥਾ ਉਹ ਅੱਜ ਕੇ ਦਿਨ ਨਹੀਂ ਸਮਝਦਾ। ਹਰ ਇੱਕ ਨੂੰ ਗੁਰੂ ਮੰਤਰ ਦਿੰਦੇ ਸੀਗੇ, ਤੁਹਾਨੂੰ ਵੀ ਕੋਈ ਗੁਰੂ ਮੰਤਰ ਦਿੱਤਾ ਉਹਨਾਂ ਨੇ? ਖਾਸ ਕਰ ਤੁਹਾਡਾ ਪਰਿਵਾਰਕ ਰਿਸ਼ਤਾ ਦੇ ਟੈਲੀਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਹੋਏਗੀ? ਉਹ ਮੈਨੂੰ ਕਹਿੰਦੇ ਸੀ ਕਿ ਬੇਟੇ ਅੱਛਾ ਬਣੋ, ਲੋਕੋਂ ਸੇ ਰਹੋ, ਹਰ ਆਦਮੀ ਕੇ ਦੁੱਖ ਸੁੱਖ ਮੇਂ ਉਸਮੇਂ ਸ਼ਰੀਕ ਹੋ, ਕੋਈ ਅਗਰ ਨਹੀਂ ਰਹਿ ਜਾਏ ਉਸਕੇ ਘਰ ਜ਼ਰੂਰ ਪਹੁੰਚੋ। ਅੱਜ ਰਾਜਨੀਤੀ ਦੇ ਵਿੱਚ ਕੰਮ ਆ ਰਹੀਆਂ ਨੇ ਉਹਨਾਂ ਦੀ ਕਈਆਂ ਗੱਲਾਂ? ਨਹੀਂ, ਇਹ ਜ਼ਮਾਨਾ ਹੀ ਚਲਾ ਗਿਆ, ਉਹ ਬਾਤਾਂ ਨਹੀਂ ਹੈ। ਸੁਖਬੀਰ ਠੀਕ ਕਹਿ ਰਹੇ ਥੇ ਕਿ ਜਬ ਕਮਿਟਮੈਂਟ ਸੀ, ਅੱਜ ਕਮਿਟਮੈਂਟ ਨਹੀਂ ਹੈ। ਲੱਗਦਾ ਕਿ ਅੱਜ ਕਮਿਟਮੈਂਟ ਦੀ ਕਾਫੀ ਜ਼ਰੂਰਤ ਹੈ ਨਵੀਂ ਲੀਡਰਸ਼ਿਪ ਨੂੰ, ਜਿਸ ਤਰ੍ਹਾਂ ਨਾਲ ਸਟੇਟ ਤੇ ਵੀ ਆਪਕੋ ਦੇਸ਼ ਸੇ ਬੜਾ ਕੁਛ ਨਹੀਂ ਹੋ ਸਕਤਾ, ਆਪਕੋ ਸਾਰਾ ਦੇਖ ਕੇ ਕਰਨਾ ਚਾਹੀਏ ਉਨਕਾ ਠੀਕ ਠਾਕ। ਅੱਜ ਗੁਰਮੀਤ ਰਾਮ ਰਹੀਮ ਵੀ ਜਿਹੜੇ ਸਰੈਂਡਰ ਕਰਨ ਜਾ ਰਹੇ ਨੇ ਆਪਣੇ ਆਪ ਨੂੰ, ਲੱਗਦਾ ਕਿ ਬਾਰ ਬਾਰ ਪੈਰੋਲ ਦਾ ਕਾਫੀ ਜਿਹੜਾ ਸਰਕਾਰ ਦੇ ਉੱਤੇ ਦਬਾਅ ਪੈ ਰਿਹਾ ਜਾਂ ਸਰਕਾਰ ਦੇ ਕਾਫੀ ਬਰਖਿਲਾਫੀ? ਮੈਂ ਜੇਲ੍ਹ ਮਿਨਿਸਟਰ ਵੀ ਹੂੰ, ਬਿਜਲੀ ਕੇ ਸਾਥ ਹਮਾਰੀ ਜੇਲ੍ਹ ਮੇਂ ਹੈ, ਉਨ੍ਹੇ ਕਭੀ ਵੀ ਜੇਲ੍ਹ ਮੇਂ ਕੋਈ ਨੈਗੇਟਿਵ ਬਾਤ ਉਨ੍ਹੋਂਨੇ ਨਹੀਂ ਕਰੀ, ਬਹੁਤ ਕੋਆਪਰੇਟਿਵ ਉਨਕਾ ਰਹਿਤਾ ਹੈ। ਦੇਖੀਏ, ਜੇਲ੍ਹ ਛੁੱਟੀ ਹਮ ਨਹੀਂ ਦੇਤੇ, ਕੋਰਟ ਦੇਤਾ ਹੈ। ਹਮਾਰਾ ਕਾਮ ਹੈ ਜੇਲ੍ਹ ਕੀ ਬਾਉਂਡਰੀ ਮੇਂ ਉਨਕੀ ਸੁਰੱਖਿਆ ਦੇਖਣਾ, ਉਨਕਾ ਖਾਣਾ ਪੀਣਾ ਦੇਖਣਾ, ਉਨਕੀ ਮੁਲਾਕਾਤ ਦੇਖਣਾ। ਇਸਕੇ ਬਾਅਦ ਜਬ ਬਾਹਰ ਜਾਤੇ ਹੈ ਤੋ ਪੈਰੋਲ ਔਰ ਜੋ ਫਰਲੋ ਹੈ ਉਹ ਬਾਹਰ ਸੇ ਮਿਲਤੀ ਹੈ, ਕੋਰਟ ਦੇਤਾ ਹੈ। ਹਮਾਰਾ ਕਾਮ ਉਨ੍ਹੇ ਛੋੜ ਦੇਣਾ, ਹਮਾਰਾ ਕਾਮ ਕੇਵਲ ਜੇਲ੍ਹ ਮੇਂ ਹੀ ਉਨਕੋ ਦੇਖਣੇ ਕਾ ਹੈ। ਤਾਂ ਰਣਜੀਤ ਸਿੰਘ ਚੌਟਾਲਾ ਕੈਬਨਿਟ ਮੰਤਰੀ ਜਿਹੜੇ ਉਹ ਹਰਿਆਣਾ ਦੇ ਉਹ ਵੀ ਪਹੁੰਚੇ ਸਨ ਅਤੇ ਉਹਨਾਂ ਨੇ ਕਿਹਾ ਹੈ ਕਿ ਆਈਡੋਲਜੀ ਲੈਣ ਦੀ ਜ਼ਰੂਰਤ ਹੈ, ਜਿਸ ਤਰ੍ਹਾਂ ਨਾਲ ਪ੍ਰਕਾਸ਼ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ ਰਹੇ ਨੇ ਉਹਨਾਂ ਦੇ ਚੱਲਣ ਦੀ ਜ਼ਰੂਰਤ ਹੈ ਅਤੇ ਕਮਿਟਮੈਂਟ ਨਵੀਂ ਲੀਡਰਸ਼ਿਪ ਨੂੰ ਆਪਣੇ ਆਪ ਦੇ ਵਿੱਚ ਲਿਆਉਣ ਦੀ ਕਾਫੀ ਜ਼ਰੂਰਤ ਹੈ। ਵੀਡੀਓ ਜਰਨਲਿਸਟ ਰੋਹਿਤ ਦੇ ਨਾਲ ਮੈਂ ਸਮਤਪ੍ਰੀਤ ਸਿੰਘ, ਪਿੰਡ ਬਾਦਲ, ਡੇਲੀ ਪੋਸਟ ਪੰਜਾਬ, ਹਰਿਆਣਾ, ਹਿਮਾਚਲ। ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਵਿਖੇ ਪਹਿਲੀ ਵਰਸੀ ਹੈ ਜਿਹੜੀ ਉਹ ਮਨਾਈ ਗਈ ਹੈ ਅਤੇ ਇੱਥੇ ਰਣਜੀਤ ਸਿੰਘ ਚੌਟਾਲਾ ਸਾਡੇ ਨਾਲ ਮੌਜੂਦ ਨੇ। ਚੌਟਾਲਾ ਸਾਹਿਬ, ਕਿਸ ਤਰ੍ਹਾਂ ਨਾਲ ਦੇਖਦੇ ਹੋ ਬਾਦਲ ਸਾਹਿਬ ਤੋਂ ਕੀ ਕੀ ਸਿੱਖਿਆ ਲੈਣ ਦੀ ਜ਼ਰੂਰਤ ਰਹੀ ਹੈ ਅਤੇ ਖਾਸ ਕਰ ਤੁਹਾਡਾ ਤਾਂ ਪਰਿਵਾਰ ਦੀ ਸਾਂਝ ਰਹੀ ਹੈ, ਕਿਸ ਤਰ੍ਹਾਂ ਨਾਲ ਦੇਖਦੇ ਹੋ? ਬਹੁਤ ਪੋਲੀਟੀਕਲੀ ਸੁਲਝੇ ਹੋਏ ਆਦਮੀ ਇੱਥੇ ਪੰਜਾਬ ਮੇਂ ਕੋਈ ਵੀ ਆਦਮੀ ਐਸੇ ਪੰਜਾਬ ਮੇਂ 25 ਸਾਲ ਮੁੱਖ ਮੰਤਰੀ ਰਹਿ ਜਾਣਾ ਇੱਕ ਬਹੁਤ ਬੜੀ ਬਾਤ ਥੀ, ਇਸਸੇ ਬੜਾ ਕੋਈ ਕੰਪਲੀਮੈਂਟ ਨਹੀਂ ਹੋ ਸਕਦਾ। ਇਸ ਪੰਜਾਬ ਮੇਂ ਲੋਕੋਂ ਕੋ ਸਾਥ ਰੱਖਣਾ ਆਸਾਨ ਕੰਮ ਨਹੀਂ ਹੈ, ਕੋਈ ਵੀ 5 ਸਾਲ ਸਾਥ ਨਹੀਂ ਰੱਖ ਸਕਾ। ਔਰ ਮੇਰੇ ਖਿਆਲ ਮੈਂ ਪੰਜਾਬ ਕੀ ਧਰਤੀ ਪੇ ਕਭੀ ਐਸਾ ਸ਼ਖਸ ਨਹੀਂ ਹੈਗਾ ਜੋ 25 ਸਾਲ ਬਰਾਬਰ ਲੋਕੋਂ ਕਾ ਵਿਸ਼ਵਾਸ ਲੈ ਕੇ ਚੀਫ ਮਿਨਿਸਟਰ ਰਹਾ ਹੋ। ਹਮਾਰੇ ਤੋਂ ਪਰਿਵਾਰਿਕ ਰਿਸ਼ਤੇ ਥੇ, ਹਰ ਤਰੀਕੇ ਸੇ ਉਨ੍ਹੋਂਨੇ ਕਿਸਾਨ ਕੀ, ਗਰੀਬ ਕੀ, ਔਰ ਸਭਸੇ ਬੜਾ ਇਹ ਥਾ ਕਿ ਨੈਸ਼ਨਲਿਸਟ ਥੇ, ਉਨ੍ਹੋਂਨੇ ਹਿੰਦੂ ਕੋ ਆਪਣੇ ਸਾਥ ਰੱਖਾ। ਜੋ ਉਨਕੇ ਵਕਤ ਪੰਜਾਬ ਮੇਂ ਹਿੰਦੂ ਸਿਕਿਓਰ ਥਾ ਉਹ ਅੱਜ ਕੇ ਦਿਨ ਨਹੀਂ ਸਮਝਦਾ। ਹਰ ਇੱਕ ਨੂੰ ਗੁਰੂ ਮੰਤਰ ਦਿੰਦੇ ਸੀਗੇ, ਤੁਹਾਨੂੰ ਵੀ ਕੋਈ ਗੁਰੂ ਮੰਤਰ ਦਿੱਤਾ ਉਹਨਾਂ ਨੇ? ਖਾਸ ਕਰ ਤੁਹਾਡਾ ਪਰਿਵਾਰਕ ਰਿਸ਼ਤਾ ਦੇ ਟੈਲੀਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਹੋਏਗੀ? ਉਹ ਮੈਨੂੰ ਕਹਿੰਦੇ ਸੀ ਕਿ ਬੇਟੇ ਅੱਛਾ ਬਣੋ, ਲੋਕੋਂ ਸੇ ਰਹੋ, ਹਰ ਆਦਮੀ ਕੇ ਦੁੱਖ ਸੁੱਖ ਮੇਂ ਉਸਮੇਂ ਸ਼ਰੀਕ ਹੋ, ਕੋਈ ਅਗਰ ਨਹੀਂ ਰਹਿ ਜਾਏ ਉਸਕੇ ਘਰ ਜ਼ਰੂਰ ਪਹੁੰਚੋ। ਅੱਜ ਰਾਜਨੀਤੀ ਦੇ ਵਿੱਚ ਕੰਮ ਆ ਰਹੀਆਂ ਨੇ ਉਹਨਾਂ ਦੀ ਕਈਆਂ ਗੱਲਾਂ? ਨਹੀਂ, ਇਹ ਜ਼ਮਾਨਾ ਹੀ ਚਲਾ ਗਿਆ, ਉਹ ਬਾਤਾਂ ਨਹੀਂ ਹੈ। ਸੁਖਬੀਰ ਠੀਕ ਕਹਿ ਰਹੇ ਥੇ ਕਿ ਜਬ ਕਮਿਟਮੈਂਟ ਸੀ, ਅੱਜ ਕਮਿਟਮੈਂਟ ਨਹੀਂ ਹੈ। ਲੱਗਦਾ ਕਿ ਅੱਜ ਕਮਿਟਮੈਂਟ ਦੀ ਕਾਫੀ ਜ਼ਰੂਰਤ ਹੈ ਨਵੀਂ ਲੀਡਰਸ਼ਿਪ ਨੂੰ, ਜਿਸ ਤਰ੍ਹਾਂ ਨਾਲ ਸਟੇਟ ਤੇ ਵੀ ਆਪਕੋ ਦੇਸ਼ ਸੇ ਬੜਾ ਕੁਛ ਨਹੀਂ ਹੋ ਸਕਤਾ, ਆਪਕੋ ਸਾਰਾ ਦੇਖ ਕੇ ਕਰਨਾ ਚਾਹੀਏ ਉਨਕਾ ਠੀਕ ਠਾਕ।
ਅੱਜ ਗੁਰਮੀਤ ਰਾਮ ਰਹੀਮ ਵੀ ਜਿਹੜੇ ਸਰੈਂਡਰ ਕਰਨ ਜਾ ਰਹੇ ਨੇ ਆਪਣੇ ਆਪ ਨੂੰ, ਲੱਗਦਾ ਕਿ ਵਾਰ ਵਾਰ ਪੈਰੋਲ ਦਾ ਕਾਫੀ ਜਿਹੜਾ ਸਰਕਾਰ ਦੇ ਉੱਤੇ ਦਬਾਅ ਪੈ ਰਿਹਾ ਜਾਂ ਸਰਕਾਰ ਦੇ ਕਾਫੀ ਬਰਖਿਲਾਫੀ? ਮੈਂ ਜੇਲ੍ਹ ਮਿਨਿਸਟਰ ਵੀ ਹੂੰ, ਬਿਜਲੀ ਕੇ ਸਾਥ ਹਮਾਰੀ ਜੇਲ੍ਹ ਮੈਂ ਹੈ, ਉਹਨੇ ਕਭੀ ਵੀ ਜੇਲ੍ਹ ਮੇਂ ਕੋਈ ਨੈਗੇਟਿਵ ਬਾਤ ਉਹਨਾਂ ਨੇ ਨਹੀਂ ਕਰੀ, ਬਹੁਤ ਕੋਆਪਰੇਟਿਵ ਉਨਕਾ ਰਹਤਾ ਹੈ। ਦੇਖੀਏ, ਜੇਲ੍ਹ ਛੁੱਟੀ ਹਮ ਨਹੀਂ ਦੇਤੇ, ਕੋਰਟ ਦੇਤਾ ਹੈ। ਹਮਾਰਾ ਕਾਮ ਹੈ ਜੇਲ੍ਹ ਕੀ ਬਾਉਂਡਰੀ ਮੇਂ ਉਨਕੀ ਸੁਰਕਸ਼ਾ ਦੇਖਣਾ, ਉਨਕਾ ਖਾਣਾ ਪੀਣਾ ਦੇਖਣਾ, ਉਨਕੀ ਮੁਲਾਕਾਤ ਦੇਖਣਾ। ਇਸਕੇ ਬਾਅਦ ਜਬ ਬਾਹਰ ਜਾਤੇ ਹੈ ਤੋ ਪੈਰੋਲ ਔਰ ਜੋ ਫਰਲੋ ਹੈ ਵੋ ਬਾਹਰ ਸੇ ਮਿਲਤੀ ਹੈ, ਕੋਰਟ ਦੇਤਾ ਹੈ। ਹਮਾਰਾ ਕਾਮ ਉਹਨੇ ਛੋੜ ਦੇਣਾ, ਹਮਾਰਾ ਕਾਮ ਕੇਵਲ ਜੇਲ੍ਹ ਮੇਂ ਹੀ ਉਨਕੋ ਦੇਖਣੇ ਕਾ ਹੈ। ਤਾਂ ਰਣਜੀਤ ਸਿੰਘ ਚੌਟਾਲਾ ਕੈਬਨਿਟ ਮੰਤਰੀ ਜਿਹੜੇ ਉਹ ਹਰਿਆਣਾ ਦੇ ਉਹ ਵੀ ਪਹੁੰਚੇ ਸਨ ਤੇ ਉਹਨਾਂ ਨੇ ਕਿਹਾ ਹੈ ਕਿ ਆਈਡੀਓਲੋਜੀ ਲੈਣ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਨਾਲ ਪ੍ਰਕਾਸ਼ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ ਰਹੇ ਨੇ, ਉਹਨਾਂ ਦੇ ਚੱਲਣ ਦੀ ਜ਼ਰੂਰਤ ਹੈ ਤੇ ਕਮਿਟਮੈਂਟ ਨਵੀਂ ਲੀਡਰਸ਼ਿਪ ਨੂੰ ਆਪਣੇ ਆਪ ਦੇ ਵਿੱਚ ਲਿਆਉਣ ਦੀ ਕਾਫੀ ਜ਼ਰੂਰਤ ਹੈ। ਵੀਡੀਓ ਜਰਨਲਿਸਟ ਰੋਹਿਤ ਦੇ ਨਾਲ ਮੈਂ ਸਮਤਪ੍ਰੀਤ ਸਿੰਘ, ਪਿੰਡ ਬਾਦਲ, ਡੇਲੀ ਪੋਸਟ, ਪੰਜਾਬ, ਹਰਿਆਣਾ, ਹਿਮਾਚਲ।